ਹਾਂ ਸਰ ਦੱਸ ਦਿਓ ਜੀ ਅੱਜ ਕਾਰਵਾਈ ਕੀਤੀ ਕਿੰਨਾ ਕੀ ਹੈ ਕੀ ਸਰ ਜਿਹੜੀ ਸੀਲਿੰਗ ਦੀ ਕਾਰਵਾਈ ਕਰਕੇ ਗਏ ਇਸ ਬਿਲਡਿੰਗ ਦੇ ਉੱਤੇ ਦੇਖੋ ਗੱਲ ਹੈ ਕਿ ਇਸ ਬਿਲਡਿੰਗ ਮਾਲਕ ਨੇ ਇਹਨਾਂ ਦੀ ਪੁਰਾਣੀ ਬਿਲਡਿੰਗ ਹੈ ਇਹਨਾਂ ਨੇ ਰੈਨੋਵੇਟ ਕਰਨੀ ਸੀ ਔਰ ਇਹਨਾਂ ਨੂੰ ਲਗਭਗ 8 ਮਹੀਨੇ ਹੋ ਗਏ ਨਗਰ ਨਿਗਮ ਦੇ ਚੱਕਰ ਲਗਾਉਂਦੇ ਕਿ ਅਸੀਂ ਆਪਣੀਆਂ ਜਿਹੜੀਆਂ ਦੁਕਾਨਾਂ ਉਹਨਾਂ ਨੂੰ ਰੈਨੋਵੇਟ ਕਰਨਾ ਇਹਨਾਂ ਨੇ ਐਪਲੀਕੇਸ਼ਨਾਂ ਵੀ ਦਿੱਤੀਆਂ ਪਰ ਨਗਰ ਨਿਗਮ ਦੇ ਕਿਸੇ ਵੀ ਆਫੀਸਰ ਨੇ ਇਹਨਾਂ ਦਾ ਨਕਸ਼ਾ ਪਾਸ ਕਰਨ ਦੀ ਜ਼ਹਿਮਤ ਨਹੀਂ ਉਠਾਈ ਉਹ ਕਹਿੰਦੇ ਜੀ ਸਾਡੇ ਕੋਲ ਕਾਨੂੰਨ ਨਹੀਂ ਆ ਅਸੀਂ ਇਹਦਾ ਨਕਸ਼ਾ ਨਹੀਂ ਪਾਸ ਕਰ ਸਕਦੇ ਇੱਥੇ ਰੋਡ ਛੋਟੀ ਹੈ ਅਗਰ ਰੋਡ ਛੋਟੀ ਹੈ ਤਾਂ ਇਹਨਾਂ ਨੂੰ ਕਾਨੂੰਨ ਉਸ ਰੋਡ ਦੇ ਮੁਤਾਬਕ ਬਣਾਉਣੇ ਚਾਹੀਦੇ ਤਾਂ ਕਿ ਲੋਕਾਂ ਦੇ ਨਕਸ਼ੇ ਪਾਸ ਹੋ ਸਕਣ ਲੋਕ ਆਪਣਾ ਕਾਰੋਬਾਰ ਕਰ ਸਕਣ ਇੱਕ ਪਾਸੇ ਤਾਂ ਸਾਡੀ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਲੋਕਾਂ ਨੂੰ ਰੋਜ਼ਗਾਰ ਦੇਣ ਦਾ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਔਰ ਜਿਹੜੇ ਲੋਕ ਆਪਣੇ ਪੈਰਾਂ ਦੇ ਉੱਤੇ ਖੜ੍ਹੇ ਹੋ ਕੇ ਆਪਣਾ ਰੋਜ਼ਗਾਰ ਕਰ ਰਹੇ ਆ ਸਾਡੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਕਦੇ ਨਹੀਂ ਜਾਣਗੇ ਕਿ ਉਹਨਾਂ ਲੋਕਾਂ ਦੇ ਰੁਜ਼ਗਾਰਾਂ ਦੇ ਵਿੱਚ ਅਸੀਂ ਅੜਿੰਗਾ ਬਣੀਏ ਜਾਂ ਇਹੋ ਜਿਹੀਆਂ ਪਾਲਿਸੀਆਂ ਸਾਡੀਆਂ ਬਣਨ ਸੋ ਇਹ ਲੋਕਲ ਬੋਡੀ ਮਹਿਕਮੇ ਦਾ ਕੰਮ ਹੈ ਮੈਂ ਲੋਕਲ ਬੋਡੀ ਮਹਿਕਮੇ ਦੇ ਅਫਸਰਾਂ ਨੂੰ ਇਹਨਾਂ ਦੇ ਸੀਨੀਅਰ ਜਿੰਨੀ ਵੀ ਆਫੀਸਰ ਲੋਬੀ ਹੈ ਇਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦਾ ਵਾਰ ਵਾਰ ਇਹਨਾਂ ਨੂੰ ਕਹਿ ਚੁੱਕਿਆ ਕਿ ਏਰੀਏ ਦੀ ਜ਼ੋਨਿੰਗ ਕਰਾਓ ਜਿੱਥੇ ਤੰਗ ਗਲੀਆਂ ਉੱਥੇ ਕਮਰਸ਼ੀਅਲ ਨਕਸ਼ੇ ਪਾਸ ਹੋਣ ਜੇ ਇਹਨਾਂ ਦੇ ਇਹਨਾਂ ਨੇ ਜੇ ਕਾਨੂੰਨ ਨਹੀਂ ਬਣਾਉਣਾ ਜੇ ਲੋਕਾਂ ਤੋਂ ਪੈਸੇ ਨਹੀਂ ਲੈਣਾ ਚਾਹੁੰਦੇ ਜੇ ਲੋਕਾਂ ਦੇ ਲੀਗਲ ਨਕਸ਼ੇ ਪਾਸ ਨਹੀਂ ਕਰਨਾ ਚਾਹੁੰਦੇ ਤਾਂ ਲੋਕ ਇਲੀਗਲ ਬਣਾਉਣਗੇ ਮੈਂ ਲੋਕਾਂ ਦੇ ਨਾਲ ਖੜ੍ਹਾ ਔਰ ਕਿਸੇ ਵੀ ਬਿਲਡਿੰਗ ਨਹੀਂ ਢਹਿਣ ਦਿਆਂਗੇ ਕਿਸੇ ਦਾ ਨੁਕਸਾਨ ਨਹੀਂ ਹੋਣ ਦਿਆਂਗੇ ਕਿਉਂਕਿ ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਬਹੁਤ ਬਹੁਤ ਧੰਨਵਾਦ ਸਰ ਹਰ ਵਾਰੀ ਤੁਹਾਡੇ ਟਾਰਗੇਟ ਏਰੀਏ ਨੂੰ ਟਾਰਗੇਟ ਕੀਤਾ ਜਾਂਦਾ ਕਦੀ ਡਿਮੋਲਿਸ਼ ਕਰਨ ਨੂੰ ਲੈ ਕੇ ਕਦੀ ਸੀਲ ਕਰਨ ਨੂੰ ਲੈ ਕੇ ਤੁਸੀਂ ਅੱਗੇ ਵੀ ਕਿੰਨੀ ਵਾਰੀ ਆਵਾਜ਼ ਉਠਾਈ ਹੈ ਵਿੱਚਾਂ ਦੇ ਵੀ ਖੜ੍ਹੇ ਹੋਏ ਹੋ ਫਿਰ ਵੀ ਉਹਦੇ ਬਾਵਜੂਦ ਅੱਜ ਜਿਹੜਾ ਐਕਸ਼ਨ ਕੁਝ ਹੋਰ ਤਰੀਕੇ ਦਾ ਹੋਣਾ ਸੀ 1 ਮਿੰਟ ਲੇਟ ਹੋ ਗਿਆ ਅਗਰ ਮੈਨੂੰ ਨਗਰ ਨਿਗਮ ਦਾ ਅਮਲਾ ਜਾਂ ਮੈਂ ਇੱਥੇ ਮੌਕੇ 'ਤੇ ਟੱਕਰ ਜਾਂਦਾ ਤਾਂ ਅੱਜ ਖਬਰ ਹੋਰ ਤਰੀਕੇ ਦੀ ਬਣਦੀ ਥੈਂਕ ਯੂ ਹਾਂਜੀ ਭਾਅ ਜੀ ਕੀ ਨਾਮ ਆ ਅਨਮੋਲ ਗਰੋਵਰ ਕੀ ਗੱਲ ਕੀ ਹੋਈ ਦੱਸੋ ਮਾੜਾ ਕਿਵੇਂ ਕਰ ਰਹੇ ਗੱਲ ਭਾਅ ਜੀ ਕੁਛ ਵੀ ਨਹੀਂ ਆਪਣੇ ਇੱਥੇ ਤੇਜਮੋਲ ਨਗਰ ਰੋਡ 'ਤੇ ਆਪਣੇ ਹੈਪੀ ਭਾਅ ਜੀ ਨੇ ਮਣੀ ਭਾਅ ਜੀ ਨੇ ਇਹ ਆਪਣੀਆਂ ਦੁਕਾਨਾਂ ਬਣਾ ਰਹੇ ਸੀਗੇ ਜੋ ਕਿ ਪਹਿਲੇ ਦੀਆਂ ਦੁਕਾਨਾਂ ਬਣੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਰੈਨੋਵੇਟ ਕੀਤਾ ਨਾ ਕਿ ਨਵੀਆਂ ਦੁਕਾਨਾਂ ਬਣਾਈਆਂ
ਤੇ ਕਾਰਪੋਰੇਸ਼ਨ 'ਚ ਮੈਂ ਇਹਨਾਂ ਦੇ ਨਾਲ ਖੁਦ ਜਾ ਕੇ, ਮੈਨੂੰ ਕਿੰਨੀ ਦੇਰ ਹੋ ਗਈ ਹੈ, ਕਦੀ ਕਮਿਸ਼ਨਰ ਸਾਹਿਬ ਨੂੰ ਮਿਲ ਰਹੇ ਹਾਂ, ਕਦੀ MTP ਨੂੰ ਮਿਲ ਰਹੇ, ਕਦੀ ATP ਨੂੰ ਮਿਲ ਰਹੇ ਹਾਂ ਕਿ ਇਹਨਾਂ ਦਾ ਨਕਸ਼ਾ ਪਾਸ ਕਰ ਦਿਓ ਕਿਸੇ ਤਰੀਕੇ ਨਾਲ। ਇਹ ਲੋਕ ਤਿਆਰ ਨੇ ਅੱਜ ਪੈਸਾ ਦੇਣ ਨੂੰ, ਅਤੇ ਕਾਰਪੋਰੇਸ਼ਨ ਵਾਲੇ ਕਿੰਨੇ ਕੁ ਢੀਠ ਨੇ, ਉਹਨਾਂ ਦੇ ਸਿਰ 'ਤੇ ਜੂਨੀ ਰਿਕਰੀ MLA ਸਾਹਿਬ ਲਾ ਲਓ ਜਾਂ ਆਪਣੇ ਮੰਤਰੀ ਸਾਹਿਬ ਲਾ ਲਓ, ਕੈਪਟਨ ਸਾਹਿਬ ਲਾ ਲਓ, ਕਿੰਨੀ ਵਾਰੀ ਦੁਹਾਈ ਦੇ ਚੁੱਕੇ ਨੇ ਕਿ ਗਰੀਬ ਲੋਕਾਂ ਨਾਲ ਧੱਕਾ ਨਾ ਹੋਵੇ, ਲੇਕਿਨ ਇਹਨਾਂ ਨੇ ਆਪਣੀਆਂ ਜੇਬਾਂ ਗਰਮ ਕਰਨ ਤੋਂ ਸਿਵਾ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈ। ਮੈਂ ਖੁਦ ਜਾ ਕੇ ਇਹਨਾਂ ਦੇ ਨਾਲ ਕਿੰਨੇ ਗੇੜੇ ਕੱਢ ਚੁੱਕਾ, ਮੈਨੂੰ 6-7-8 ਮਹੀਨੇ ਹੋ ਗਏ ਨੇ ਇਹਨਾਂ ਨਾਲ ਜਾ ਕੇ ਉੱਥੇ ਸਿਰ ਖਪਾਈ ਕਰਦੇ ਹਾਂ ਕਿ ਇਹਨਾਂ ਦਾ ਨਕਸ਼ੇ ਪਾਸ ਕਰ ਦਿਓ। ਗਰੀਬ ਬੰਦੇ ਨੇ, ਕੱਲ੍ਹ ਨੂੰ ਨਕਸ਼ੇ ਪਾਸ ਕਰਨ ਦੀ ਪੋਲਿਸੀ ਤੁਸੀਂ ਕੱਢੀ ਨਹੀਂ ਹੈ, ਫਿਰ ਮੁੜ ਕੇ ਤੁਸੀਂ ਡਿੱਚਾ ਲੈ ਕੇ ਇਹਨਾਂ ਦੀ ਢਾਣ ਆ ਜਾਣਾ। ਜਿਹੜਾ ਵਿਚਾਰਿਆਂ ਨੇ, ਗਰੀਬ ਲੋਕਾਂ ਨੇ ਮਾੜਾ ਮੋਟਾ ਕਰਜ਼ਾ ਲੈ ਕੇ ਆਪਣੇ ਸਿਰ 'ਤੇ ਛੱਤ ਬਣਾਈ ਹੈ, ਤੁਸੀਂ ਉਹ ਵੀ ਢਾ ਜਾਓਗੇ ਤਾਂ ਇਹ ਕਿੱਥੇ ਜਾਣਗੇ। ਪਰ ਇਹਨਾਂ ਦੇ ਭਾਜੀ ਕੋਈ ਇਹਨਾਂ ਦੇ ਜੂਣੀ ਸਿਰਕੀ ਕੋਈ ਇਹਨਾਂ ਨੇ ਸਾਡੀ ਗੱਲ ਨਹੀਂ ਗੌਰੀ। ਜੇ ਉਸ ਤੋਂ ਬਾਅਦ ਹੁਣ ਆਪਾਂ ਇਹ ਆਪਣੀ ਦੁਕਾਨ ਦੀ ਰੈਨੋਵੇਸ਼ਨ ਕਰ ਲਈ ਹੈ, ਅਤੇ ਅੱਜ ਜਦੋਂ ਸਾਰੀ ਦੁਕਾਨ ਦੀ ਰੈਨੋਵੇਸ਼ਨ ਹੋ ਗਈ ਭਾਜੀ, ਉਦੋਂ ਆ ਜਾਂਦੇ ਨੇ, ਕੀ ਗੱਲ ਇਹ ਪਹਿਲਾਂ ਨਹੀਂ ਰੋਕ ਸਕਦੇ ਜਾਂ ਪਹਿਲਾਂ ਇਹ ਕੋਈ ਗੱਲ ਨਹੀਂ ਕਰ ਸਕਦੇ? ਅੱਜ ਸਾਰਾ ਕੁਝ ਬਣ ਕੇ ਤਿਆਰ ਹੋ ਗਿਆ ਅਤੇ ਉਦੋਂ ਇਹ ਢਾਣ ਆ ਗਏ ਨੇ। ਬਸ ਇਹੀ ਗੱਲ ਹੈ, ਜੋ MLA ਸਾਹਿਬ ਤੁਹਾਨੂੰ ਕਹਿ ਕੇ ਗਏ ਆ, ਆਪਾਂ ਉਹਨਾਂ ਦੇ ਨਾਲ ਖੜੇ ਹਾਂ। ਜੋ MLA ਸਾਹਿਬ ਦਾ ਹੁਕਮ ਹੋਏਗਾ ਆਪਾਂ ਉਸ ਅਕੋਰਡਿੰਗ ਅੱਗੋਂ। ਹੈਪੀ ਢਿੰਗੜਾ ਜੀ, ਕਿੱਥੇ ਬਿਲਡਿੰਗ ਹੈ ਤੁਹਾਡੀ? ਸਰ ਮੇਰੀ ਤੇਜਮੋਹਨ ਨਗਰ ਰੋਡ 'ਤੇ ਜੀ। ਪੁਰਾਣੀਆਂ ਦੁਕਾਨਾਂ ਬਣੀਆਂ ਹੋਈਆਂ ਸੀ, ਛੱਤਾਂ ਡਿੱਗੀਆਂ ਹੋਈਆਂ ਸੀਗੀਆਂ ਸਾਡੀਆਂ। ਅਸੀਂ ਕਿੰਨੀ ਵਾਰੀ ਕਾਰਪੋਰੇਸ਼ਨ ਦਫ਼ਤਰ ਜਾ ਕੇ ਕਿਹਾ ਕਿ ਸਾਡੀਆਂ ਛੱਤਾਂ ਟੱਟੀਆਂ ਹੋਈਆਂ ਨੇ, ਸਾਨੂੰ ਠੀਕ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ। ਉੱਥੋਂ ਦੇ ਕੋਈ ਅਫਸਰ ਨੇ ਕਹਿਤਾ ਜੀ 60 ਫੁੱਟ ਦੀ ਰੋਡ ਪੋਜੈਸ਼ਨ ਹੋਣੀ ਚਾਹੀਦੀ ਹੈ ਸਾਡੀ, ਹੈ 90% ਰੋਡ ਜਿਹੜੀ ਹੈ ਕਮਰਸ਼ੀਅਲ ਹੈਗੀ ਹੈ। ਇੱਦਾਂ ਦੀ ਕਿਹੜੀ ਰੂਲਿੰਗ ਹੈ ਕਿ ਜਿੱਥੇ 90% ਕਮਰਸ਼ੀਅਲ ਰੋਡ ਹੈ ਉੱਥੇ ਤੁਸੀਂ ਨਕਸ਼ਾ ਨਹੀਂ ਪਾਸ ਕਰ ਸਕਦੇ? ਇਹਦਾ ਮਤਲਬ ਹੈ ਕਿ ਸਾਰਿਆਂ ਨੇ ਗਲਤ ਬਣਾਈਆਂ ਨੇ, ਤੁਸੀਂ ਪੈਸੇ ਲਏ ਨੇ। ਜੇ ਕੋਈ ਬੰਦਾ ਫੀਸ ਕਟਾਉਣ ਨੂੰ ਤਿਆਰ ਹੈ, ਤੁਸੀਂ ਕਹਿੰਦੇ ਪੋਲਿਸੀ ਹੈ ਨਹੀਂ ਗੀ, ਜੇ ਤੁਸੀਂ ਉੱਦਾਂ ਪੈਸੇ ਲੈਂਦੇ ਹੋ ਤਾਂ ਪੋਲਿਸੀ ਹੈਗੀ ਹੈ। ਅੱਜ ਕੀ ਗੱਲ ਹੋਈ ਬਿਲਡਿੰਗ ਢਾਣਾ? ਅੱਜ ਬਿਲਡਿੰਗ ਢਾਣਾ ਜੀ, ਜਦੋਂ ਸਾਰੀ ਬਿਲਡਿੰਗ ਤਿਆਰ ਹੋ ਗਈ। ਅੱਛਾ ਜੀ, ਹਾਂਜੀ। ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਉਦੋਂ ਕੋਈ ਨਹੀਂ ਆਇਆ? ਉਦੋਂ ਆਏ ਸੀ ਜੀ, ਮਲਹੋਤਰਾ ਜੀ ਆਏ ਸੀਗੇ, ਉਹਨਾਂ ਨੂੰ ਸਾਨੂੰ ਇਹ ਸਹਿਮਤੀ ਦੇ ਕੇ ਗਏ ਸੀਗੇ ਤੁਹਾਡਾ ਨਕਸ਼ਾ ਪਾਸ ਕਰਾਂਗੇ, ਤੁਹਾਡੀਆਂ ਪੁਰਾਣੀਆਂ ਦੁਕਾਨਾਂ ਹੈਗੀਆਂ। ਸਾਰੀ ਗੱਲ ਉਹਨਾਂ ਨੇ ਕਿਹਾ ਸੀ? ਸਾਰੀ ਗੱਲ ਸਾਨੂੰ ਉਹਨਾਂ ਨੇ ਪੋਲਿਸੀ ਦੇ ਮੈਟਰ ਕਿਹਾ ਸੀਗਾ। ਮੁੜ ਕੇ ਪਤਾ ਨਹੀਂ ਅੰਦਰ ਜੱਜ ਨੇ ਕੀ ਗੱਲ ਕੀਤੀ, ਅਫਸਰਸ਼ਾਹੀ ਇੰਨੀ ਕੁ ਵੱਧ ਚੁੱਕੀ ਹੈ ਕਾਰਪੋਰੇਸ਼ਨ 'ਚ, ਉੱਥੇ ਕਿਸੇ ਦੀ ਕੋਈ ਸੁਣਵਾਈ ਨਹੀਂ। ਇੱਕ ਦਿਨ 'ਚ ਤਾਂ 4 ਦੁਕਾਨਾਂ ਦੇ ਸ਼ਟਰ ਲੱਗ ਨਹੀਂ ਸਕਦੇ ਸਰ? ਤੁਸੀਂ ਕਿੰਨੇ ਦਿਨਾਂ ਤੋਂ ਆਪਣਾ ਕੰਮ ਚਾਲੂ ਕੀਤਾ ਹੋਇਆ? ਸਰ ਸਾਡਾ ਜੀ ਕੰਮ 15-20 ਦਿਨਾਂ ਤੋਂ ਅਸੀਂ ਜ਼ੋਰ 'ਤੇ ਲਾ ਰਹੇ ਹਾਂ। ਸਾਡੇ ਨਾਲ ਸਾਡੇ ਇਲਾਕਾ ਕੌਂਸਲਰ ਦਾ ਬਹੁਤ ਸਾਥ ਮਿਲਿਆ, ਅਸੀਂ 50 ਚੱਕਰ ਲਾ ਚੁੱਕੇ ਕਾਰਪੋਰੇਸ਼ਨ ਦੇ, ਸਾਡੇ ਕੌਂਸਲਰ ਸਾਹਿਬ ਨਾਲ ਜਾਂਦੇ ਰਹੇ ਨੇ। ਇਹ ਨਹੀਂ ਕਿ ਅਸੀਂ ਇਕੱਲੇ ਇੱਥੇ ਗਲਤ ਤਰੀਕੇ ਚੱਲੇ ਹਾਂ, ਸਾਰੀ ਮਾਰਕੀਟ ਬਣੀ ਹੋਈ ਹੈ ਔਰ ਅਸੀਂ ਆਪਣੀ 6 ਫੁੱਟ ਦੀ ਪਾਰਕਿੰਗ ਵੀ ਛੱਡੀ ਹੈ ਤਾਂ ਕਿ ਕਿਸੇ ਨੂੰ ਪਾਰਕ 40 ਫੁੱਟ ਦੀ ਸੜਕ ਉੱਦਾਂ ਹੈਗੀ, 6 ਫੁੱਟ ਅਸੀਂ ਉੱਦਾਂ ਛੱਡੀ, ਅਸੀਂ 6 ਫੁੱਟ ਅਸੀਂ ਆਪਣੇ ਵੱਲੋਂ ਜਗ੍ਹਾ ਛੱਡੀ ਹੈ ਜੇ ਵੀ ਚਲੋ ਕਿਸੇ ਨੂੰ ਸਾਡੇ ਕਰਕੇ ਤੰਗੀ ਨਾ ਆਵੇ, ਸਾਡੇ ਸਕੂਟਰ ਮੋਟਰਸਾਈਕਲ ਜਿਹੜੇ ਸਾਡੇ ਆਪਣੇ ਨੇ ਉਹ ਅਸੀਂ ਆਪਣੀ ਪਾਰਕਿੰਗ ਆਪਣੇ ਅੰਦਰ ਕਰੀਏ, ਫਿਰ ਵੀ ਕਾਰਪੋਰੇਸ਼ਨ ਨੂੰ ਪ੍ਰੋਬਲਮ ਹੈ। ਅਸੀਂ ਕਹਿੰਦੇ ਸਾਡੀ ਕੰਪਰੋਮਾਈਜ਼ ਰਸੀਦ ਕੱਟੋ, ਅਸੀਂ ਫੀਸ ਜਮ੍ਹਾਂ ਕਰਾਉਣ ਨੂੰ ਤਿਆਰ ਆ। ਅੱਜ ਕੀ ਕਾਰਵਾਈ ਕਰਕੇ ਗਏ? ਅੱਜ ਸੀਲ ਕਰਕੇ ਗਏ ਜੀ, ਧੱਕਾ ਕਰਕੇ ਗਏ, ਡਿਮੋਲਿਸ਼ ਕਰਨ ਆਏ ਸੀਗੇ, ਮੈਂ ਅੱਗੇ ਖੜੇ ਹੋ ਕੇ ਡਿਮੋਲਿਸ਼ ਕਰਨ ਤੋਂ ਰੋਕਿਆ ਇਹਨਾਂ ਨੂੰ। ਤੁਸੀਂ ਨਕਸ਼ਾ ਪਾਸ ਕਰੋਗੇ ਉਹਨਾਂ ਨੇ ਕੀਤਾ ਨਹੀਂ ਕੀਤਾ ਸਰ? ਮੇਰੇ ਅੱਜ ਕੰਪਰੋਮਾਈਜ਼ ਦੀ ਰਸੀਦ ਕੱਟਣ ਭਾਵੇਂ 1,00,000 ਰੁਪਏ ਦੀ ਕੱਟਣ, ਮੈਂ ਭਰਨ ਨੂੰ ਤਿਆਰ ਸਰ। ਮੈਨੂੰ 8 ਮਹੀਨੇ ਹੋ ਗਏ ਤਰਲੇ ਪਾਉਂਦੇ ਇਹਨਾਂ ਨੂੰ। ਕਿੰਨਾ ਕਿੰਨਾ ਨੂੰ ਮਿਲੇ ਸਰ? ਮੈਂ ਸਾਰਿਆਂ ਨੂੰ ਮਿਲਿਆ, ATP ਸਤੀਸ਼ ਮਲਹੋਤਰਾ ਜੀ ਨੂੰ ਮਿਲਿਆ, MTP ਸਾਹਿਬ ਨੂੰ ਮਿਲਿਆ, ਇੰਸਪੈਕਟਰ ਵਰਮਾ ਜੀ ਨੂੰ ਮਿਲਿਆ, ਹੋਰ 2-4 ਇੰਸਪੈਕਟਰਾਂ ਨੂੰ ਮਿਲਿਆ, ਕਮਿਸ਼ਨਰ ਸਾਹਿਬ ਨੂੰ ਮਿਲੇ ਆ। ਉਹ ਦੇਖੋ ਮੇਰੀ ਉਹ ਗਲੀ 'ਚ